ਚੌਂਕੀ ਇੰਚਾਰਜ ਦੀ ਘਟੀਆ ਕਰਤੂਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਕੰਧ ਟੱਪ ਕੇ ਗੁਰੂ ਘਰ ਦੇ ਅੰਦਰ ਇਹ ਸ਼ਰਾਬੀ ਚੌਂਕੀ ਇੰਚਾਰਜ ਵੜ ਰਿਹਾ ਹੈ। ਅੰਦਰ ਵੜ ਕੇ ਇਸਨੇ ਗੁਰੂ ਘਰ ਦੇ ਸੇਵਾਦਾਰਾਂ ਨੂੰ ਕੁੱਟਮਾਰ ਕੀਤੀ ਹੈ ਤੇ ਉਹਨਾਂ ਨੂੰ ਗਾਲੀ ਗਲੋਚ ਵੀ ਕੀਤੀ ਹੈ। ਮਾਂ ਭੈਣ ਦੀਆਂ ਗਾਲਾਂ ਕੱਢੀਆਂ ਨੇ ਤਾਂ ਕੰਧ ਟੱਪ ਕੇ ਗੁਰੂ ਘਰ ਅੰਦਰ ਦਾਖਲ ਹੁੰਦਾ ਹੈ ਇਹ ਚੌਂਕੀ ਇੰਚਾਰਜ। ਅੰਦਰ ਵੜ ਕੇ ਸੇਵਾਦਾਰਾਂ ਦੀ ਕੁੱਟਮਾਰ ਕਰਦਾ ਹੈ, ਉਹਨਾਂ ਦੇ ਨਾਲ ਗਾਲੀ ਗਲੋਚ ਕਰਦਾ ਹੈ। ਸੀਸੀਟੀਵੀ ਦੇ ਵਿੱਚ ਚੌਕੀ ਇੰਚਾਰਜ ਦੀ ਇਹ ਘਟੀਆ ਕਰਤੂਤ ਕੈਦ ਹੋ ਗਈ ਹੈ। ਸ਼ਰਾਬ ਪੀ ਕੇ ਗੁਰੂ ਘਰ ਦੇ ਅੰਦਰ ਵੜਨਾ ਬੇਅਦਬੀ ਦੱਸੀ ਜਾਂਦੀ ਹੈ। ਜੀ ਹਾਂ, ਬੇਅਦਬੀ ਕੀਤੀ ਹੈ ਇਸ ਚੌਂਕੀ ਇੰਚਾਰਜ ਦੇ ਵੱਲੋਂ। ਜਿਹੜੇ ਸੇਵਾਦਾਰ ਨੇ ਉਹਨਾਂ ਨੇ ਬਿਆਨ ਦਰਜ ਕਰਾਏ ਨੇ ਕਿ ਜੇ ਇਸ ਵੇਲੇ ਕੰਧ ਟੱਪ ਕੇ ਇਹ ਗੁਰੂ ਘਰ ਦੇ ਅੰਦਰ ਚੌਂਕੀ ਇੰਚਾਰਜ ਦਾਖਲ ਹੁੰਦਾ ਹੈ ਤਾਂ ਉਸ ਵੇਲੇ ਇਸਨੇ ਦਾਰੂ ਪੀਤੀ ਹੋਈ ਸੀ ਅਤੇ ਗੁਰੂ ਘਰ ਦੇ ਅੰਦਰ ਖੜ ਕੇ ਇਸਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਨੇ। ਗੁਰੂ ਘਰ ਦੇ ਪ੍ਰਧਾਨ ਨੇ ਜਿਸ ਤੋਂ ਬਾਅਦ ਸ਼ਿਕਾਇਤ ਦਿੱਤੀ ਅਤੇ ਹੁਣ ਇਸ ਚੌਂਕੀ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮਾਨਸਾ ਦੇ ਕਸਬਾ ਭੋਆ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੋਂ ਦਾ ਚੌਂਕੀ ਇੰਚਾਰਜ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾਦਾਰ ਮੌਜੂਦ ਹੁੰਦੇ ਨੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਦੇ ਵੱਲੋਂ ਅਤੇ ਗਾਲਾਂ ਵੀ ਕੱਢੀਆਂ ਜਾਂਦੀਆਂ ਨੇ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸਨੇ ਇੰਨੀ ਘਟੀਆ ਕਰਤੂਤ ਕੀਤੀ ਹੈ। ਸੀਸੀਟੀਵੀ 'ਚ ਦੇਖੋ, ਪਹਿਲਾਂ ਇਹ ਤਾਂ ਇੰਨੇ ਨਸ਼ੇ ਦੇ ਵਿੱਚ ਹੈ ਕਿ ਇਸ ਨੂੰ ਕੰਧ ਟੱਪਣ ਦੇ ਵਿੱਚ ਵੀ ਕਾਫੀ ਸਮਾਂ ਲੱਗ ਗਿਆ। ਉਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਪੁਲਿਸ ਮੁਲਾਜ਼ਮ ਫਿੱਟ ਹੁੰਦੇ ਨੇ, ਮਿੰਟ ਤੋਂ ਪਹਿਲਾਂ ਕੰਧ ਟੱਪ ਸਕਦੇ ਨੇ, ਪਰ ਇਹ ਤਸਵੀਰਾਂ ਦੇਖ ਕੇ ਸਾਫ਼ ਪਤਾ ਚੱਲ ਰਿਹਾ ਹੈ ਕਿ ਇਹ ਪੁਲਿਸ ਇੰਚਾਰਜ ਅਤੇ ਇਸਦਾ ਸਾਥੀ ਨਸ਼ੇ ਦੇ ਵਿੱਚ ਹੈ। ਜਿਹੜਾ ਦੂਜਾ ਪੁਲਿਸ ਮੁਲਾਜ਼ਮ ਹੈ ਉਹ ਥੱਲੇ ਖੜਾ ਰਹਿੰਦਾ ਹੈ ਅਤੇ ਜਿਹੜਾ ਚੌਂਕੀ ਇੰਚਾਰਜ ਹੈ ਉਹ ਕੰਧ ਟੱਪ ਰਿਹਾ। ਦੇਖੋ ਕਿੰਨਾ ਸਮਾਂ ਲਾ ਦਿੱਤਾ ਇਹਨੇ ਕੰਧ ਟੱਪਣ ਦੇ ਵਿੱਚ। ਹੌਲੀ ਹੌਲੀ ਪਹਿਲਾਂ ਗੇਟ 'ਤੇ ਚੜ੍ਹਦਾ ਹੈ, ਫਿਰ ਕੰਧ 'ਤੇ ਚੜ੍ਹਦਾ ਹੈ, ਫਿਰ ਛਾਲ ਮਾਰ ਕੇ ਅੰਦਰ ਚਲ ਜਾਂਦਾ ਹੈ। ਫਿਰ ਅੰਦਰ ਜਾ ਕੇ ਇਸਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਸੇਵਾਦਾਰਾਂ ਦੀ ਕੁੱਟਮਾਰ ਕੀਤੀ ਗਈ। ਤਾਂ ਦੇਖ ਸਕਦੇ ਹੋ ਤਸਵੀਰਾਂ, 11:37 ਅਤੇ 11:45 ਦੀਆਂ ਸੀਸੀਟੀਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਜਿਸ ਦੇ ਵਿੱਚ ਚੌਂਕੀ ਇੰਚਾਰਜ ਘਟੀਆ ਕਰਤੂਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਤਾਂ ਵੱਡੀ ਖਬਰ ਹੈ, ਚੌਂਕੀ ਇੰਚਾਰਜ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ। ਗੁਰੂ ਘਰ ਦੇ ਅੰਦਰ ਸ਼ਰਾਬ ਪੀ ਕੇ ਦਾਖਲ ਹੋਇਆ ਹੈ ਅਤੇ ਗੁਰੂ ਘਰ ਦੇ ਅੰਦਰ ਵੜ ਕੇ ਇਸਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਨੇ, ਅਪਸ਼ਬਦ ਵਰਤੇ ਨੇ ਅਤੇ ਸੇਵਾਦਾਰਾਂ ਦੀ ਕੁੱਟਮਾਰ ਵੀ ਕੀਤੀ ਹੈ। ਦਰਅਸਲ ਇਹ ਗੁਰੂ ਘਰ ਦੇ ਹੈੱਡ ਗ੍ਰੰਥੀ ਯਾਨੀ ਕਿ ਪ੍ਰਧਾਨ ਨੂੰ ਮਿਲਣ ਆਇਆ ਸੀ ਅਤੇ ਪ੍ਰਧਾਨ ਮੌਕੇ 'ਤੇ ਮੌਜੂਦ ਨਹੀਂ ਸੀ, ਸੇਵਾਦਾਰ ਮੌਜੂਦ ਸੀ, ਤਾਂ ਇਸਨੇ ਸੇਵਾਦਾਰਾਂ ਦੀ ਕੁੱਟਮਾਰ ਕੀਤੀ ਅਤੇ ਉਹਨਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ। ਆਓ ਪੀੜਿਤ ਸੇਵਾਦਾਰਾਂ ਅਤੇ ਗੁਰੂ ਘਰ ਦੇ ਪ੍ਰਧਾਨ ਤੋਂ ਜਾਣਦੇ ਹਾਂ ਕਿ ਆਖਿਰਕਾਰ ਮਾਮਲਾ ਕੀ ਹੈ ਅਤੇ ਕਪਤਾਨ ਪੁਲਿਸ ਕਪਤਾਨ ਦੇ ਵੱਲੋਂ ਵੀ ਕਾਰਵਾਈ ਕਰਦੇ ਹੋਏ ਇਸ ਥਾਣੇ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹਾਂਜੀ, ਰਾਤ 12 ਤਕਰੀਬਨ ਪੁਲਿਸ ਗਈ ਹੈ ਜੀ, ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਕੁੱਟਿਆ, ਕੰਧਾਂ ਟੱਪ ਕੇ ਗਏ ਨੇ, ਸ਼ਰਾਬ ਪੀਤੀ ਹੋਈ ਸੀ, ਜਾਣੀ ਜਾ ਕੇ ਬਹੁਤ ਜ਼ਿਆਦਾ ਧਮਕਾਇਆ ਉਹਨਾਂ ਨੂੰ, ਗੁਰੂ ਘਰ 'ਚੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ 'ਚੋਂ ਭੱਜੋ, ਨਹੀਂ ਤੁਹਾਨੂੰ ਚੱਕ ਕੇ ਅੰਦਰ ਲੈ ਦੇ ਕਰ ਦਾਂਗੇ। ਇਹ ਸਾਡੇ ਕੋਲੇ ਜਾਣੀ ਸਾਰੇ ਪ੍ਰੂਫ ਨੇ, ਰਿਕਾਰਡਿੰਗ ਵੀ ਹੈ ਸਾਡੇ ਕੋਲੇ, ਕੈਮਰਿਆਂ ਦੀ ਵੀ ਹੈ, ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ, ਜੋ SHO ਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਭੱਦੀ ਸਦਾਜਬੁਲੀ ਬੋਲੀ ਬਹੁਤ ਜ਼ਿਆਦਾ। ਵਾਹਿਗੁਰੂ ਫਤਿਹ ਜੀ। ਰਾਤ ਜੀ 12 ਇਹ ਜਾ ਕੇ ਕੰਧ ਟੱਪ ਕੇ ਜੀ ਸਾਨੂੰ ਉਠਾਇਆ ਇਹਨਾਂ ਨੇ, ਦੂਜੇ ਕਿਹੜੇ ਆਏ ਸੀ ਨਾਲ ਇਹਨੇ, ਉਹਨਾਂ ਨੇ ਬਾਹਰ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹਰ ਖੋਲਣ ਸਾਰ ਸਾਨੂੰ ਕੁੱਟਣ ਮਰ ਗਿਆ ਜੀ, ਬਿਨਾਂ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆਹ ਗੱਲ ਹੈ, ਤੇ ਸਾਨੂੰ 3 ਜਣਿਆਂ ਨੂੰ ਜੀ ਇਹਨੇ ਕੁੱਟਿਆ ਜਾਏ, ਗਾਲਾਂ ਕੱਢੀਆਂ ਭੈਣਾਂ ਦੀਆਂ ਮਾਵਾਂ ਦੀਆਂ, ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ
ਤੇ ਚਲੋ ਥਾਣੇ 'ਚ। ਅਸੀਂ ਆਖਿਆ ਨਹੀਂ ਅਸੀਂ ਥਾਣੇ ਜਾਂਦੇ, ਗੁਰੂ ਘਰ ਸਾਡਾ ਸੁਣਨਾ, ਭਾਵੇਂ ਸਾਨੂੰ ਵੱਢ ਦੇ ਇੱਥੇ, ਕੁਛ ਹੀ ਕਰ ਦਿਓ। ਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਹੈ ਜੀ ਇਹਨਾਂ ਨੇ, ਬਿਨਾਂ ਕਸੂਰ ਤੋਂ। ਸਾਨੂੰ ਜੀ ਕੋਈ ਪਤਾ ਨਹੀਂ ਜੀ, ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਜੀ। ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਛ ਕਰਕੇ ਦੇਖ ਲੈਂਦੇ ਭਾਈ ਆਹ ਗੱਲ ਬਾਤ 'ਤੇ ਆਏ ਪੁਲਿਸ ਵਾਲੇ, ਠੀਕ ਹੈ। ਸਾਨੂੰ ਬਾਬੇ ਜੀ ਨੇ ਜਦੋਂ ਆਖਿਆ ਸੀ ਭਾਈ ਗੁਰੂ ਘਰ 'ਚ ਰਹਿਣਾ, ਉਹ ਬਾਹਰ ਗਏ ਹੋਏ ਸੀ, ਨਾ ਸਾਨੂੰ ਬਾਬੇ ਨੇ ਦੱਸਿਆ ਨਹੀਂ ਸੀ, ਸਾਨੂੰ ਪਤਾ ਹੁੰਦਾ ਜੀ ਦੱਸ ਦਿੰਦੇ ਜੀ, ਠੀਕ ਹੈ। ਬਾਬੇ ਜੀ ਗਏ ਹੋਏ ਸੀ ਬਾਹਰ, ਸਾਨੂੰ ਕੋਈ ਘਟਨਾ ਦਾ ਪਤਾ ਨਹੀਂ ਸੀ, ਠੀਕ ਹੈ ਜੀ। ਉਦੋਂ ਬਾਅਦ ਜੀ ਇਹਨੂੰ ਪੁੱਛੋ ਬਾਬੇ ਜੀ। ਮੈਂ ਨਾ ਥਾਣੇ ਬੋਹੇ ਪਹੁੰਚਿਆ, ਜਿੱਥੇ ਕੁਛ ਪਿੰਡ ਵਾਸੀ ਜਿਹੜੇ ਇੱਥੇ ਕਾਫੀ ਘੱਟ ਦੇ ਵਿੱਚ ਇੱਥੇ ਆਏ ਹੋਏ ਸੀਗੇ, ਅਤੇ ਵਿੱਚ ਕੁਛ ਲੇਡੀਜ਼ ਵੀ ਨੇ, ਜੋ ਗੁਰੂ ਘਰ ਦਾ ਪ੍ਰਧਾਨ ਸਾਹਿਬ ਭੂਰਾ ਸਿੰਘ, ਸਕੱਤਰ ਗੁਰਤੇਜ ਸਿੰਘ, ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਮੁੱਖ ਅਫਸਰ ਥਾਣਾ ਉਹ ਹੈ, ਉਹਦੇ ਵੱਲੋਂ ਜਿਹੜੀ ਹੈਗੀ ਹੈ ਵੀ ਗੁਰੂ ਘਰ 'ਚ ਰਾਤ ਨੂੰ ਗਿਆ ਉਹ, ਅਤੇ ਉਹਦੀ ਸ਼ਰਾਬ ਪੀਤੀ ਹੋਈ ਸੀ, ਅਤੇ ਜਿਹੜੇ ਨੇ ਉਹਦੀ ਜਿਹੜੀ ਰਿਕਾਰਡਿੰਗ ਹੈ ਉਹਦੀ ਦੂਸਰੀ ਆਡੀਓ ਰਿਕਾਰਡਿੰਗ, ਉਹਦੇ ਵਿੱਚ ਉਹ ਗਾਲਾਂ ਕੱਢ ਰਿਹਾ, ਅਤੇ ਜੋ ਮੈਨੂੰ ਇਹਨਾਂ ਨੇ ਪੜਤਾਲ ਵਾਸਤੇ ਐਪਲੀਕੇਸ਼ਨ ਦਿੱਤੀ ਹੈ ਤਾਂ ਮੈਂ ਉਹਨੂੰ ਹੱਥ ਲੈ ਲਿਆ, ਜੋ ਮੇਰੀ ਪੜਤਾਲ ਚੱਲ ਰਹੀ ਹੈ, ਦੌਰਾਨੇ ਪੜਤਾਲ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਅਕੋਰਡਿੰਗ ਕੀਤਾ ਜਾਵੇ।